ਵੀਰੇ ਜਿਹੜੀ ਤਵੀ ਵਰਤੀ ਜਾਂਦੀ ਹੈ ਡਬਲ ਗੈਂਡੇ ਦੀ ਤਵੀ ਵਰਤੀ ਜਾਂਦੀ ਹੈ ਜੋ ਕਿ ਘੱਟੋ ਘੱਟ 10-11 ਕਿਲੋ ਦੀ ਤਵੀ ਹੈ ਇਹ ਇੱਕ ਜਿੱਦਾਂ ਮਰਜ਼ੀ ਇਹਨੂੰ ਤੱਪੜ ਦੇ ਵਿੱਚ ਜਿੰਨੀ ਮਰਜ਼ੀ ਕੈੜੀ ਜ਼ਮੀਨ ਹੋਵੇ ਰੇਤਲੇ ਬਾਂਹ ਦੇ ਵਿੱਚ ਤਾਂ ਦੇਖੋ ਹਰ ਇੱਕ ਲੱਗ ਜਾਂਦੀ ਹੈ ਡਾਕਰ ਜ਼ਮੀਨ ਦੇ ਵਿੱਚ ਜੋ ਕਿ ਸਾਡੇ ਖੇਤ ਸਾਡਾ ਏਰੀਆ ਬਹੁਤ ਜ਼ਿਆਦਾ ਡਾਕਰ ਆ ਉਹਦੇ ਵਿੱਚ ਸੁੱਕੇ ਬਾਂਹ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਲੱਗਦੀ ਹੈ ਹਾਂਜੀ ਦੋਸਤੋ ਵਿਸ਼ਕਰਮਾ ਦਲਬਾ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਮੀਦਾਰਾ ਐਗਰੋ ਐਂਡ ਅਲਾਈਡ ਇੰਡਸਟਰੀ ਸਰਹੰਦ ਰੋਡ ਪਟਿਆਲਾ ਜੀ ਅਤੇ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਜੀ ਜ਼ਿਮੀਦਾਰ ਐਗਰੋ ਇੰਡਸਟਰੀ ਵੱਲੋਂ ਤਿਆਰ ਕੀਤੀ ਡਿਸਕਹਿਰੋਂ ਅਤੇ ਜਿੰਨਾ ਵੀਰੇ ਹਾਲੇ ਤੱਕ ਵਿਸ਼ਕਰਮਾ ਦਲਬਾ ਯੂਟਿਊਬ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਦੋਸਤੋ ਨਵੀਂ ਮਸ਼ੀਨ ਜਾਣਕਾਰੀ ਸਭ ਤੋਂ ਆਪਣੇ ਚੱਲਦੇ ਮਿਲਦੀ ਹੈ ਅਤੇ ਦੋਸਤੋ ਆਪਣੇ ਨਾਲ ਨੇ ਕਿਸਾਨ ਵੀਰ ਜੋ ਆਪਾਂ ਨੂੰ ਜਾਣਕਾਰੀ ਦੇਣਗੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਦਿਓਗੇ ਸਰ ਜਾਣਕਾਰੀ ਜ਼ਿਮੀਦਾਰਾ ਡਿਸਕਹਿਰੋਂ ਬਾਰੇ ਹਾਂਜੀ ਵੀਰੇ ਇਹਦੇ ਵਿੱਚ ਜਿਹੜੀ ਤਵੀ ਵਰਤੀ ਜਾਂਦੀ ਹੈ ਡਬਲ ਗੈਂਡੇ ਦੀ ਤਵੀ ਵਰਤੀ ਜਾਂਦੀ ਹੈ ਜੋ ਕਿ ਘੱਟੋ ਘੱਟ 10-11 ਕਿਲੋ ਦੀ ਤਵੀ ਹੈ ਇਹ ਇੱਕ ਜਿੱਦਾਂ ਮਰਜ਼ੀ ਇਹਨੂੰ ਤੱਪੜ ਦੇ ਵਿੱਚ ਜਿੰਨੀ ਮਰਜ਼ੀ ਕੈੜੀ ਜ਼ਮੀਨ ਹੋਵੇ ਰੇਤਲੇ ਬਾਂਹ ਦੇ ਵਿੱਚ ਤਾਂ ਦੇਖੋ ਹਰ ਇੱਕ ਲੱਗ ਜਾਂਦੀ ਹੈ ਡਾਕਰ ਜ਼ਮੀਨ ਦੇ ਵਿੱਚ ਜੋ ਕਿ ਸਾਡੇ ਖੇਤ ਸਾਡਾ ਏਰੀਆ ਬਹੁਤ ਜ਼ਿਆਦਾ ਡਾਕਰ ਆ ਉਹਦੇ ਵਿੱਚ ਸੁੱਕੇ ਬਾਂਹ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਲੱਗਦੀ ਹੈ ਲਾਗੂ ਜਿਵੇਂ ਆਪਾਂ ਕਹਿ ਦਿੰਦੇ ਹਾਂ ਅਤੇ ਜਿੱਦਾਂ ਇਹ ਟਾਇਰ ਚੱਕਣ ਵਾਸਤੇ ਵੀ ਇਹਨਾਂ ਨੇ ਉੱਤੇ ਪਹਿਲਾਂ ਕੀ ਹੁੰਦਾ ਸੀ ਕਿ ਆਪਾਂ ਵੱਟਾਂ ਦੇ ਵਿੱਚ ਵਸਾਉਂਦੇ ਫਿਰੀ ਜਾਂਦੇ ਸੀਗੇ ਟਾਇਰ ਲਾਉਣ ਵਾਸਤੇ ਜਾਂ ਕੋਈ ਖੰਭੇ ਦੇ ਵਿੱਚ ਲਾਉਂਦੇ ਫਿਰੀ ਜਾਂਦੇ ਸੀਗੇ ਇਹ ਹੁਣ ਇਹਨਾਂ ਨੇ ਇਹ ਰੋਡ ਦਿੱਤੀ ਹੈ ਜਿਹੜੀ ਕਿ ਇਹਦੇ ਵਿੱਚ ਇੱਥੇ ਫਸ ਕੇ ਆਪਾਂ ਇਹਨੂੰ ਐਡਜਸਟੇਬਲ ਜਾਂ ਜਿੱਦਾਂ ਵੀ ਟਾਇਰ ਉੱਪਰ ਥੱਲੇ ਹੋ ਜਾਂਦੇ ਨੇ ਇਹਦੇ ਨਾਲ ਕੋਈ ਜ਼ਿਆਦਾ ਜ਼ੋਰ ਨਹੀਂ ਲੱਗਦਾ ਹੈਗਾ ਜਿੱਦਾਂ ਮਰਜ਼ੀ ਇੱਕ ਬੰਦਾ ਹੀ ਟਾਇਰ ਲਾ ਸਕਦਾ ਅਤੇ ਜਿਹੜਾ ਆਪਣਾ ਇੱਥੋਂ ਜਿੱਥੋਂ ਹੈਰੋਂ ਖੁੱਲ੍ਹਦੀ ਆ ਇੱਥੋਂ ਵੀ ਇੱਕ ਬੰਦਾ ਡਰਾਈਵਰ ਹੀ ਉੱਪਰ ਬੈਠੇ ਹੀ ਉੱਥੋਂ ਰੱਸੀ ਬੰਨ ਕੇ ਇਹਨੂੰ ਜਿੰਨੀ ਮਰਜ਼ੀ ਆਪਾਂ ਖੋਲ੍ਹਣੀ ਹੈ ਜਾਂ ਤਾਂ ਇਕੱਠੀ ਕਰਨੀ ਹੈ ਆਪਾਂ ਇਹਨੂੰ ਕਰ ਸਕਦੇ ਹਾਂ ਇੱਕ ਹੀ ਬੰਦਾ ਨਹੀਂ ਕੀ ਹੁੰਦਾ ਦੋ ਦੋ ਬੰਦੇ ਵੀ ਕਈ ਵਾਰ ਲੱਗੇ ਰਹਿੰਦੇ ਨੇ ਵੀ ਨਾ ਤਾਂ ਤਵੀ ਤਵੀਆਂ ਇਕੱਠੀਆਂ ਹੁੰਦੀਆਂ ਨੇ ਅਤੇ ਨਾ ਹੀ ਖੁੱਲ੍ਹਦੀਆਂ ਨੇ ਅਤੇ ਅੱਗੇ ਆਪਾਂ ਗੱਲ ਕਰੀਏ ਹੁੱਕ ਸਿਸਟਮ ਦੀ ਜਿੱਦਾਂ ਆਪਾਂ ਲਾ ਲਈਏ ਵੀ ਇਸ ਵਾਰੀ ਜ਼ਿਆਦਾਤਰ ਵੱਡੇ ਟਰੈਕਟਰ ਆ ਗਏ ਜਿੱਦਾਂ ਕਿਸੇ ਦਾ ਮਨ ਹੁੰਦਾ ਵੀ ਅਸੀਂ ਹੁੱਕ ਦੇ ਵਿੱਚ ਪਾ ਕੇ ਚਲਾਈਏ ਵੀ ਲਿਫਟ ਦੇ ਵਿੱਚ ਨਹੀਂ ਪਾਉਣੀ ਤਾਂ ਇਹਦੇ ਵਿੱਚ ਹੁੱਕ ਦੀ ਵੀ ਐਡਜਸਟੇਬਲ ਦਿੱਤੀ ਗਈ ਜੇ ਹੁੱਕ 'ਚ ਪਾਉਣੀ ਆ ਹੁੱਕ 'ਚ ਜੇ ਆਪਾਂ ਨੇ ਲਿਫਟ ਦੇ ਵਿੱਚ ਪਾਉਣੀ ਆ ਤਾਂ ਲਿਫਟ ਦੇ ਵਿੱਚ ਜੇ ਆਪਾਂ ਪਾ ਕੇ ਵੀ ਚਲਾ ਸਕਦੇ ਹਾਂ ਅਤੇ ਜੇ ਆਪਾਂ ਹੁੱਕ ਦੇ ਵਿੱਚ ਪਾਵਾਂਗੇ ਅਤੇ ਇੱਥੋਂ ਇਹਦਾ ਜਿਹੜਾ ਇਹ ਸਰੀਆ ਇਹ ਨਿਕਲ ਜਾਂਦਾ ਹੈ ਅਤੇ ਸਪਰਿੰਗਾਂ ਦੇ ਅਕੋਰਡਿੰਗ ਆਪਣੇ ਆਪ ਐਡਜਸਟੇਬਲ ਹੁੰਦੀ ਰਹਿੰਦੀ ਹੈ ਜਿੱਥੇ ਇਹਨੂੰ ਜਿੰਨੀ ਲੱਗਣੀ ਦੀ ਜ਼ਰੂਰਤ ਹੈਗੀ ਉਨੀ ਲੱਗ ਆਪਾਂ ਇਹਦੀ ਗੱਲ ਕਰੀਏ ਕਿ ਬੈਰਿੰਗਾਂ ਦੀ ਬੈਰਿੰਗ ਇਹਦੇ ਵਿੱਚ 8 ਬੈਰਿੰਗ ਬਹੁਤ ਹੈਵੀ ਡਿਊਟੀ ਬੈਰਿੰਗ ਯੂਜ਼ ਕੀਤੇ ਹੋਏ ਨੇ ਅਤੇ ਜਿਹੜਾ ਚੈਨਰ ਆ ਬਹੁਤ ਮੋਟਾ ਅਤੇ ਬਹੁਤ ਹੀ ਹੈਵੀ ਇਹ ਵੀ ਯੂਜ਼ ਕੀਤਾ ਹੋਇਆ ਹੈ ਅਤੇ ਬਾਕੀ ਆਪਾਂ ਗੱਲ ਕਰੀਏ ਬੈਕ ਲੁੱਕ ਤੋਂ ਜਿੱਦਾਂ ਇਹਨਾਂ ਨੇ ਰਾਤ ਨੂੰ ਕਿਤੇ ਵੀ ਆਪਾਂ ਜਾਂਦੇ ਹਾਂ ਜੇ ਆਪਾਂ ਨੂੰ ਰੋਡ 'ਤੇ ਜਾਂਦੇ ਹਾਂ ਰਿਫੈਕਟਰ ਲੱਗੇ ਹੋਏ ਨੇ ਪਿੱਛੇ ਦੇ ਆਉਂਦੇ ਵੀ ਕਿਸੇ ਵੀ ਗੱਡੀ ਕਾਰ ਸਕੂਟਰ ਵਾਲੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਅਤੇ ਜੋ ਇਹਦਾ ਵੇਟ ਆ ਅਤੇ ਬਣਤਰ ਬਹੁਤ ਵਧੀਆ ਅਤੇ ਮੈਕਸੀਮਮ ਘੱਟੋ ਘੱਟ 7-8 ਕੁਇੰਟਲ ਦੇ ਵਿੱਚ ਮੈਨੂੰ ਲੱਗਦਾ ਵੀ ਬਣਾਵਟ ਦੇ ਅਤੇ ਲੁੱਕ ਦੀ ਗੱਲ ਕਰੀਏ ਕਲਰ ਵਜੋਂ ਅਤੇ ਹੋਰ ਅਤੇ ਸਾਰਾ ਬਹੁਤ ਵਧੀਆ ਇਹਨਾਂ ਨੇ ਇਹਨਾਂ ਦੇ ਵਿੱਚ ਜੋ ਕਿ ਟਾਇਰ ਵਰਤਦੇ ਨੇ ਵਧੀਆ ਬ੍ਰਾਂਡ MRF ਦੇ ਟਾਇਰ ਨੇ ਜਿਹੜੇ ਕਿ ਟਿਊਬ ਵਾਲੇ ਨੇ ਅਤੇ ਹਵਾ ਵਾਲੇ ਬਹੁਤ ਵਧੀਆ ਨਾ ਇਹਨਾਂ ਦੇ ਵਿੱਚ ਪੈਂਚਰ ਦੀ ਕੋਈ ਦਿੱਕਤ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਅਤੇ ਕਈ ਲੋਕ ਦੂਜੇ ਵਰਤਦੇ ਨੇ ਜਿਹੜੇ ਆਪਣਾ ਰਾਵੜ ਜੀ ਦੇ ਹੁੰਦੇ ਨੇ ਉਹ ਜੇ ਆਪਾਂ ਰੋਡ 'ਤੇ ਲੰਬੇ ਰੂਟ 'ਤੇ ਲੈ ਕੇ ਜਾਣੇ ਨੇ ਲਾ ਲਓ 2-4 ਕਿਲੋਮੀਟਰ ਉਹ ਬਹੁਤ ਘੱਟ ਸਮਾਂ ਕੱਢਦੇ ਨੇ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ ਉਹ ਛੇਤੀ ਤਾਂ ਅਤੇ ਉਹਨਾਂ ਦਾ ਵੀ ਲਾ ਲਓ ਰਿਪੇਅਰ ਬਹੁਤ ਜ਼ਿਆਦਾ ਅਤੇ ਇਹ ਟਾਇਰ ਬਹੁਤ ਵਧੀਆ ਜੇ ਕੋਈ ਵੀ ਬੰਦਾ ਵੀ ਹੈਰੋਂ ਪਰਚੇਜ਼ ਕਰਨੀ ਚਾਹੁੰਦਾ ਮੈਂ ਤਾਂ ਇਹੋ ਬੇਨਤੀ ਕਰੂੰਗਾ ਕਿ ਵੀ ਇੱਕ ਵਾਰੀ ਇਹਨਾਂ ਦੀ ਵਰਕਸ਼ਾਪ ਜ਼ਿਮੀਦਾਰ ਐਗਰੋ ਅਲਾਈਡ ਦੀ ਵਰਕਸ਼ਾਪ ਇੱਕ ਵਾਰੀ ਬਿਲਕੁਲ ਵਿਜ਼ਿਟ ਕਰੋ ਤਾਂ ਕਿ ਜੋ ਕਿ ਆਪਾਂ ਹੋਰਾਂ ਦੇ ਮੁਕਾਬਲੇ 'ਤੇ ਇਹਨਾਂ ਦੇ ਸੰਦ ਦੇਖ ਕੇ ਆਪਾਂ ਨੂੰ ਵਧੀਆ ਚੀਜ਼ ਆਪਾਂ ਪਰਚੇਜ ਕਰ ਸਕੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਵੀ ਤਰ੍ਹਾਂ ਦੀ ਜੀ ਥੈਂਕ ਯੂ ਜੀ ਧੰਨਵਾਦ ਠੀਕ ਹੈ ਸਰ ਲਓ ਜੀ ਦੋਸਤੋ ਇਹ ਸਨ ਕਿਸਾਨ ਵੀਰ ਦੋਸਤੋ ਜੇ ਤੁਸੀਂ ਵੀ ਜ਼ਿਮੀਦਾਰ ਐਗਰੋ ਇੰਡਸਟਰੀ ਦੇ ਬਣਾਏ ਡਿਸਕਹਿਰੋਂ ਅਤੇ ਹੋਰ ਇੰਪਲੀਮੈਂਟ ਲੈਣਾ ਚਾਹੁੰਦੇ ਤਾਂ ਇਹਨਾਂ ਦਾ ਕੰਟੈਕਟ ਨੰਬਰ ਵੀਡੀਓ ਦੇ ਨੀਚੇ ਮਿਲ ਜਾਣਗੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਡਿਸਕਹਿਰੋ ਲੈ ਸਕਦੇ ਹੋ ਅਤੇ ਹੋਰ ਇੰਪਲੀਮੈਂਟ ਵੀ ਕਰਵਾ ਸਕਦੇ ਹੋ ਅਤੇ ਦੋਸਤੋ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਅਤੇ ਨਵੀਂ ਆ ਰਹੀ ਮਸ਼ੀਨ ਜਾਣਕਾਰੀ ਲਈ ਵਿਸ਼ਕਰਮਾ ਦਲਬਾ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ